ਆਓ ਅਸੀਂ वचन ਦੇ ਵਿੱਚ ਦੇਖੀਏ ਗਲਾਤੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ ਪਹਿਲੀ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਕਹਿੰਦਾ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦਿੜੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠ ਮੁੜ ਕੇ ਨਾ ਝੁਕੋ ਸੋ वचन ਕੀ ਕਹਿੰਦਾ ਮਸੀਹ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਹੈ ਆਜ਼ਾਦੀ ਲਈ ਆਜ਼ਾਦ ਕੀਤੇ ਹੋਣ ਦਾ ਮਤਲਬ ਕੀ ਆ ਅਰਥ ਕੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਮਨੁੱਖ ਨੂੰ ਗੁਲਾਮ ਬਣਾਇਆ ਸਭ ਤੋਂ ਪਹਿਲਾਂ ਪਾਪ ਦਾ ਗੁਲਾਮ ਫਿਰ ਜੀਭ ਦੇ ਸਵਾਦ ਦਾ ਗੁਲਾਮ ਬੁਰੀਆਂ ਆਦਤਾਂ ਦਾ ਗੁਲਾਮ ਬੁਰੀ ਸੰਗਤ ਦਾ ਗੁਲਾਮ ਕਈ ਤਰ੍ਹਾਂ ਦੀਆਂ ਹੀ ਗੁਲਾਮੀਆਂ ਆ ਮਨੁੱਖ ਦੇ ਜੀਵਨ ਦੇ ਅੰਦਰ ਕਈ ਇਨਸਾਨ ਇਹੋ ਇਹੋ ਜਿਹੀਆਂ ਗੁਲਾਮੀਆਂ ਦੇ ਅੰਦਰ ਆ ਕਿ ਉਹਨਾਂ ਨੂੰ ਪਤਾ ਵੀ ਨਹੀਂ ਆ ਕਿ ਉਹ ਗੁਲਾਮੀ ਦੀਆਂ ਬੇੜੀਆਂ 'ਚ ਬੱਜੇ ਹੋਏ ਆ ਜਿਵੇਂ ਕੋਈ ਲੋਕੀ ਕਹਿ ਸਕਦੇ ਮੈਂ ਫਲਾਨੇ ਦੇ ਬਿਨਾਂ ਨਹੀਂ ਰਹਿ ਸਕਦਾ ਮੈਂ ਆਪਣੇ ਨਿਆਣਿਆਂ ਬਿਨਾਂ ਨਹੀਂ ਜੀਉਂਦਾ ਰਹਿ ਸਕਦਾ ਜਾਂ ਕੋਈ ਕਹਿ ਸਕਦਾ ਮੈਂ ਆਪਣੇ ਉਸਤ ਨੂੰ ਨਹੀਂ ਛੱਡ ਸਕਦਾ ਜਾਂ ਮੈਂ ਹੋਰ ਸਾਰਾ ਕਸ਼ ਕਰ ਲੂੰ ਪਰ ਮੈਂ ਟੈਲੀਵਿਜ਼ਨ 'ਚ ਜਿਹੜਾ ਫੁਲਾਨਾ ਸੀਰੀਅਲ ਆਉਂਦਾ ਹੈ ਆ ਮੈਂ ਉਹਦੀ ਕਿਸ਼ਤ ਨਹੀਂ ਮਿਸ ਕਰਨੀ ਅਲੱਗ-ਅਲੱਗ ਤਰ੍ਹਾਂ ਦੀਆਂ ਗੁਲਾਮੀ ਦੀਆਂ ਬੇੜੀਆਂ ਆ ਮਨੁੱਖ ਦੇ ਸਰੀਰ ਦੇ ਦੁਆਲੇ ਉਹਦੀਆਂ ਸੋਚਾਂ ਦੇ ਦੁਆਲੇ ਉਹਦੇ ਮਨ ਦੇ ਦੁਆਲੇ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਹਰ ਤਰ੍ਹਾਂ ਦੀਆਂ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਰਹਿਣ ਦੇ ਲਈ ਆਜ਼ਾਦ ਕੀਤਾ ਹੈ। ਆਜ਼ਾਦੀ ਲਈ ਆਜ਼ਾਦ ਕੀਤਾ। ਮਤਲਬ ਇੱਕ ਵਾਰੀ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਉੱਤੇ ਸਾਡੇ ਲਈ ਆਪਣੇ ਆਪ ਨੂੰ ਬਲੀਦਾਨ ਹੋਣ ਦੇ ਦਿੱਤਾ, ਕਰ ਦਿੱਤਾ ਬਲੀਦਾਨ। ਅਸੀਂ ਆਜ਼ਾਦ ਹੋ ਗਏ ਪ੍ਰਭੂ ਦੇ ਸਲੀਬ ਦਿੱਤੇ ਜਾਣ ਦੇ ਵਸੀਲੇ ਨਾਲ। ਪਰ ਉਹਨੇ ਨਾਲ ਦੀ ਨਾਲ ਸਾਨੂੰ ਇਹੋ ਜੇ ਇਖਤਿਆਰ ਦਿੱਤੇ ਆ ਕਿ ਅਸੀਂ ਸਦਾ ਲਈ ਆਜ਼ਾਦ ਰਹਿ ਸਕਦੇ ਆ ਕੋਈ ਵੀ ਚੀਜ਼ ਸਾਨੂੰ ਮੁੜ ਕੇ ਗੁਲਾਮ ਨਹੀਂ ਬਣਾ ਸਕਦੀ ਜਿੰਨਾ ਚਿਰ ਅਸੀਂ ਆਪ ਨਾ ਚਾਹੀਏ ਕੋਈ ਵੀ ਸ਼ੈਤਾਨ ਦੀ ਸ਼ਕਤੀ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਜੇਕਰ ਤੁਸੀਂ ਨਾ ਚਾਹੋ

ਸਲੀਬ ਦਿੱਤੇ ਜਾਣ ਦੇ ਵਸੀਲੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ ਸਿਰਫ ਉਹਨਾਂ ਦੇ ਜੀਵਨ ਵਿੱਚ ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਵਚਨ ਵਿੱਚ ਲਿਖਿਆ ਉਹ ਬੁੱគ ਦੇ ਸ਼ੀ ਵਾਂਗ ਪਾਲਦਾ ਫਿਰਦਾ ਆ ਮੌਕੇ ਮਿਲੇ ਤੇ ਪਾਲ ਖਾਵਾਂ ਜੇ ਮੌਕੇ ਫੇਰ ਉਹ 파ੜ ਨਹੀਂ ਸਕਦਾ ਮੌਕਾ ਮਿਲੂਗਾ ਤਾਂ ਉਹ ਤੁਹਾਡੇ ਜੀਵਨ ਦੇ ਵਿੱਚ ਆਣ ਕੇ ਨਾਸ਼ ਕਰ ਸਕਦਾ ਜੇ ਮੌਕਾ ਤੁਸੀਂ ਨਾ ਦਿੱਤਾ ਫੇਰ ਵੈਰੀ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਕਿਸੇ ਨੇ ਤੁਹਾਡੇ ਲਈ ਕੋਈ ਟੂਣਾ ਕੀਤਾ ਆ ਕੋਈ ਮੰਤਰ ਪੜ੍ਹਿਆ ਆ ਕੁਝ ਖਰਾਬ ਚੀਜ਼ਾਂ ਕੀਤੀਆਂ ਆ ਜੇ ਤੁਸੀਂ ਮੌਕਾ ਦੇ ਦਿੱਤਾ ਫੇਰ ਉਹਨਾਂ ਚੀਜ਼ਾਂ ਨੇ ਕੰਮ ਕਰਨਾ ਪਰ ਜੇ ਤੁਸੀਂ ਮੌਕਾ ਨਾ ਦਿੱਤਾ ਉਹ ਚੀਜ਼ਾਂ ਕੰਮ ਨਹੀਂ ਕਰਨਗੀਆਂ ਬਹੁਤ ਸਾਰੇ ਲੋਕੀ ਆਪੇ ਮੌਕਾ ਦਿੰਦੇ ਆ ਉਹ ਕਹਿੰਦੇ ਜਦੋਂ ਅਸੀਂ ਪੁੱਛੀਦਾ ਪਾਸਟ ਜੀ ਮੇਰੇ ਕੋਲ ਹਣਾ ਪ੍ਰਾਰਥਨਾ ਨਹੀਂ ਹੁੰਦੀ ਕਰਕੇ ਮੇਰੀ ਦਰਾਣੀ ਟੂਣਿਆਂ ਵਾਲਿਆਂ ਦੇ ਜਾਂਦੀ ਆ ਜਾਦੂ ਕਰਨ ਵਾਲਿਆਂ ਦੇ ਜਾਂਦੀ ਆ ਜਾਂ ਆਪਣੀ ਸੱਸ ਦਾ ਨਾਮ ਲਾਈ ਜਾਣਾ ਜਾਂ ਗਵਾਂਡੀਆਂ ਦਾ ਲਾਈ ਜਾਣਾ ਜਾਂ ਘਰ ਚ ਕਿਸੇ ਹੋਰ ਮੈਂਬਰ ਦਾ ਤੇਰੇ ਪ੍ਰਾਰਥਨਾ ਕਰਨ ਦੇ ਨਾਲ ਉਹਨੂੰ ਕੋਈ ਡਿਸਟਰਬਿੰਗ ਨਹੀਂ ਹੋਈ ਤੇ ਉਹਦੀ ਚੀਜ਼ ਤੈਨੂੰ ਕਿਉਂ ਡਿਸਟਰਬ ਕਰ ਰਹੀ ਆ ਇਹਦਾ ਮਤਲਬ ਤੇਰੀ ਪ੍ਰਾਰਥਨਾ ਵਿੱਚ ਕਮੀ ਸੀ ਮੌਕਾ ਦੇ ਦਿੱਤਾ ਆਪਣੇ ਮੂੰਹੋਂ ਵੀ ਉਹ ਕਰਦੀ ਆ ਰিসিਵ ਕਰ ਲਿਆ ਵੀ ਉਹ ਜੋ ਕਰਦੀ ਆ ਉਹ ਮੇਰੇ ਕਰਨ ਨਾਲੋਂ ਵੱਡਾ ਐ ਜਦੋਂ ਅਸੀਂ ਇਦਾਂ ਕਹਿੰਨੇ ਆ ਉਹ ਮੁੜ ਮੁੜ ਕੇ ਸਾਡੇ ਤੇ ਕਰਦੇ ਆ ਤਾਂ ਕਰਕੇ ਨਿਆਣੇ ਬਿਮਾਰ ਹੁੰਦੇ ਆ ਇਹਦਾ ਮਤਲਬ ਤੁਸੀਂ ਪ੍ਰਭੂ ਦੀ ਮਹਿਮਾ ਨੂੰ ਘਟਾਉਂਦੇ ਆ ਤੇ ਸ਼ੈਤਾਨ ਦੀ ਮਹਿਮਾ ਨੂੰ ਵਧਾ ਰਹੇ ਆ ਵੀ ਸ਼ੈਤਾਨ ਸਾਡੇ ਪ੍ਰਭੂ ਨਾਲੋਂ ਵੱਡਾ ਐ ਗੱਲ ਕਰਨ ਲੱਗਿਓ ਸਾਨੂੰ ਸੋਚਣਾ ਆ ਵੀ ਅਸੀਂ ਕਹਿ ਕੀ ਰਹੇ ਆ ਇਹ ਸਿਰਫ ਤੁਹਾਡੇ ਮੂੰਹ ਦੇ ਦੋ ਅੱਖਰ ਨਹੀਂ ਆ ਇਹ ਸਪਿਰਚੁਅਲ ਰਾਲਮ ਦੇ ਵਿੱਚ ਬੰਦ ਜਿੰਦਿਆਂ ਨੂੰ ਲਾਏ ਜਾਣ ਵਾਲੀਆਂ ਚਾਬੀਆਂ ਆ ਮੂੰਹ ਚੋਂ ਨਿਕਲਣ ਵਾਲਾ ਕੱਲਾ ਕੱਲਾ ਅੱਖਰ ਸਪਿਰਚੁਅਲ ਰਾਲਮ ਦੇ ਵਿੱਚ ਲੋਕ ਚੀਜ਼ਾਂ ਨੂੰ ਅਨਲੌਕ ਕਰਦਾ ਆ ਦੇ ਅਨਲੌਕ ਨੂੰ ਲੌਕ ਕਰਦਾ ਆ ਬਹੁਤ ਸਾਰੀਆਂ ਚੀਜ਼ਾਂ ਆ ਬਹੁਤ ਦਰਵਾਜੇ ਆ ਜਿਹੜੇ ਪਰਮੇਸ਼ਵਰ ਨੇ ਤੁਹਾਡੇ ਲਈ ਖੋਲੇ ਆ ਪਰ ਤੁਸੀਂ ਆਪਣੇ ਮੂੰਹ ਚ ਇਹੋ ਜਿਹੇ ਸ਼ਬਦ ਬੋਲਦੇ ਆ ਕਿ ਤੁਸੀਂ ਆਪੇ ਹੀ ਉਹਨਾਂ ਨੂੰ ਬੰਦ ਕਰ ਦਿੰਨੇ ਬਹੁਤ ਦਰਵਾਜੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦਿੱਤੇ ਜਾਣ ਦੇ ਵਸੀਲੇ ਨਾਲ ਸਾਡੇ ਲਈ ਬੰਦ ਕਰ ਦਿੱਤੇ ਗਏ ਪਰ ਅਸੀਂ ਆਪਣੇ ਮੂੰਹ ਚ ਇਹੋ ਜਿਹੇ ਸ਼ਬਦ ਬੋਲਦੇ ਆ ਕਿ ਉਹ ਦਰਵਾਜੇ ਖੁੱਲ ਜਾਂਦੇ ਆ ਇਹ ਕਹਿਣਾ ਬੰਦ ਕਰ ਦਿਓ ਮੇਰੇ ਨਿਆਣਿਆਂ ਨੂੰ ਨਜ਼ਰ ਲੱਗ ਗਈ। ਅਗਰ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਦੇ ਆ ਤੁਹਾਡੇ ਨਿਆਣਿਆਂ ਨੂੰ ਨਜ਼ਰ ਨਹੀਂ ਲੱਗ ਸਕਦੀ। ਕੀ ਤੁਸੀਂ ਆਪਣੇ ਬੱਚਿਆਂ ਨੂੰ ਸਵੇਰ ਨੂੰ ਪ੍ਰਭੂ ਦੇ ਹੱਥਾਂ ਵਿੱਚ ਦਿੰਦੇ ਆ? ਕਿੰਨੇ ਜਾਣੇ ਪ੍ਰਾਰਥਨਾ ਕਰਦੇ ਆਪਣੇ ਬੱਚਿਆਂ ਦੇ ਲਈ? ਵੈਲ ਡਨ। ਪਰਭੂ ਤੁਹਾਨੂੰ ਬਹੁਤ ਬਰਕਤ ਦੇ ਜੇ ਤੁਸੀਂ ਪ੍ਰਾਰਥਨਾ ਕਰਦੇ ਆ ਫਿਰ ਤੁਸੀਂ ਆਪਣੀ ਪ੍ਰਾਰਥਨਾ ਉਤੇ ਭਰੋਸਾ ਕਿਉਂ ਨਹੀਂ ਕਰਦੇ ਤੁਸੀਂ ਪ੍ਰਾਰਥਨਾ ਕੀਤੀ ਕਿ ਪ੍ਰਭੂ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖਿਓ ਸਾਡੇ ਕਾਰੋਬਾਰ ਨੂੰ ਸੰਭਾਲ ਕੇ ਰੱਖਿਓ ਸਾਡੇ ਘਰ ਨੂੰ ਅਸੀਂ ਕਵਰ ਕਰਦੇ ਪ੍ਰਭੂ ਯਿਸੂ ਜੀ ਦੇ ਲਹੂ ਦੇ ਵਿੱਚ ਸਭ ਚੀਜ਼ਾਂ ਕਰਦੇ ਫਿਰ ਵੀ ਅਸੀਂ ਕੀ ਕਹਿੰਦੇ ਆ ਸਾਡੇ ਬੱਚਿਆਂ ਨੂੰ ਨਜ਼ਰ ਲੱਗ ਗਈ ਤੁਹਾਡੇ ਬੱਚਿਆਂ ਨੂੰ ਪ੍ਰਾਰਥਨਾ ਕਿਉਂ ਨਹੀਂ ਲੱਗੀ ਜਿਹੜੀ ਤੁਸੀਂ ਰੋਜ਼ ਕਰਦੇ ਆ ਨਜ਼ਰ ਕਿਵੇਂ ਲੱਗੀ ਇਹਦਾ ਮਤਲਬ ਕਿ ਨਜ਼ਰ ਤੁਹਾਡੀ ਪ੍ਰਾਰਥਨਾ ਨਾਲੋਂ ਜ਼ਿਆਦਾ ਮਜ਼ਬੂਤ ਸੀ ਜ਼ਿਆਦਾ ਤਕੜੀ ਸੀ ਜੇ ਤੁਹਾਡੀ ਪ੍ਰਾਰਥਨਾ ਤੁਹਾਡੇ ਬੱਚਿਆਂ ਦੇ ਉੱਤੋਂ ਤੁਹਾਡੇ ਕਾਰੋਬਾਰ ਦੇ ਉੱਤੋਂ ਤੁਹਾਡੀਆਂ ਚੰਗੀਆਂ ਚੀਜ਼ਾਂ ਦੇ ਉੱਤੋਂ ਬੁਰੀ ਨਜ਼ਰ ਨੂੰ ਖਤਮ ਨਹੀਂ ਨਾ ਕਰ ਸਕਦੀ ਫਿਰ ਕੁਝ ਵੀ ਨਹੀਂ ਕਰ ਸਕਦੀ ਪ੍ਰੋਟੈਕਸ਼ਨ ਦਾ ਕਵਚਿਆ ਸੁਰੱਖਿਆ ਕਵਚਿਆ ਉਹਨੂੰ ਬ੍ਰੇਕ ਕਰ ਦਿੰਦਾ ਹੈ ਤੋੜ ਦਿੰਦਾ ਹੈ ਇਹ ਕਹਿਣਾ ਹੀ ਸਾਡੇ ਕਾਰੋਬਾਰ ਨੂੰ ਨਾ ਫਲਾਨਿਆਂ ਦੀਆਂ ਨਜ਼ਰਾਂ ਨੇ ਹੀ ਖਾ ਲਿਆ ਸਾਡੀਆਂ ਖੁਸ਼ੀਆਂ ਨੂੰ ਫਲਾਨਿਆਂ ਦੀਆਂ ਨਜ਼ਰਾਂ ਹੀ ਖਾ ਗਈਆਂ ਇਸ ਸਧਾਰਨ ਤੌਰ ਤੇ ਘਰਾਂ ਵਿੱਚ ਅਖਰ ਬੋਲੇ ਜਾਂਦੇ ਆ ਪਰ ਤੁਸੀਂ ਤਾਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਜਦੋਂ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣ ਜਾਂਦੇ ਆ ਸਾਡੀਆਂ ਚੀਜ਼ਾਂ ਨੂੰ ਵੈਰੀ ਨਹੀਂ ਸ਼ੂਕ ਸਕਦਾ ਸਾਨੂੰ ਸਾਡੇ ਬੱਚਿਆਂ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਬੁਰੀਆਂ ਨਜ਼ਰਾਂ ਨਹੀਂ ਲੱਗ ਸਕਦੀਆਂ ਜਦੋਂ ਅਸੀਂ ਪ੍ਰਭੂ ਵਿੱਚ ਆ ਜਾਂਦੇ ਆ ਸਾਡਾ ਨੁਕਸਾਨ ਵੈਰੀ ਨਹੀਂ ਅਸੀਂ ਕਰਦੇ ਆ ਬੋਨੇ ਤਾਂ ਵੈਰੀ ਨੂੰ ਰੋਕ ਦਿੱਤਾ ਵੀ ਹੁਣੇ ਮੇਰੇ ਆ ਵਚਨ ਵਿੱਚ ਲਿਖਿਆ ਪਰਮੇਸ਼ਵਰ ਦੇ ਹੱਥੋਂ ਸਾਨੂੰ ਕੋਈ ਖੋ ਨਹੀਂ ਸਕਦਾ ਪਰ ਜਦੋਂ ਅਸੀਂ ਟਿਕਦੇ ਹੀ ਨਹੀਂ ਹੱਥਾਂ ਵਿੱਚ ਕੋਈ ਨਹੀਂ ਖੋ ਸਕਦਾ ਪਰ ਜੇ ਅਸੀਂ ਭੱਜ-ਭੱਜ ਕੇ ਨਿਕਲੀ ਜਾਵਾਂਗੇ ਫੇਰ ਕੀ ਹੋਊਗਾ ਜੇ ਅਸੀਂ ਭਰੋਸਾ ਹੀ ਨਹੀਂ ਕਰਾਂਗੇ ਫੇ ਕਿਦਾਂ ਸਾਡੀ ਹਿਫਾਜ਼ਤ ਹੋਊਗੀ ਅਸੀਂ ਅਸੀਂ ਬੱਤੀਸਮਾ ਵੀ ਲੈਣੇ ਆ ਤੇ ਸ਼ਰਾਬਾਂ ਵੀ ਪੀਣੇ ਆ ਇੱਕ ਸਮਾਂ ਸੀ ਜਦ ਵੈਰੀ ਦੇ ਕੋਲੇ ਅਧਿਕਾਰ ਸੀਗੇ ਵੈਰੀ ਦੇ ਕੋਲੇ ਬਹੁਤ ਸ਼ਕਤੀਆਂ ਸੀਗੀਆਂ ਉਹ ਬਹੁਤ ਕੁਝ ਕਰੀ ਜਾਂਦਾ ਸੀ ਜਦੋਂ ਪ੍ਰਭੂ ਯਿਸੂ ਮਸੀਹ ਦੀ ਸਲੀਬ ਉੱਤੇ ਬਲੀਦਾਨ ਹੋ ਗਏ ਪ੍ਰਭੂ ਨੇ ਕਿਹਾ ਕਿ ਨਾ ਜ਼ਮੀਨ ਤੇ ਅਸਮਾਨ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ ਹallelujah ਫੇ ਵੈਰੀ ਦੇ ਕੋਲੇ ਜ਼ਮੀਨ ਤੇ ਅਸਮਾਨ ਦਾ ਅਧਿਕਾਰ ਨਹੀਂ ਆ ਜ਼ਮੀਨ ਤੇ ਅਸਮਾਨ ਦਾ ਅਧਿਕਾਰ ਕਹਦੇ ਕੋਲੇ ਆ ਪ੍ਰਭੂ ਯਿਸੂ ਜੀ ਦੇ ਕੋਲੇ ਤੇ ਪ੍ਰਭੂ ਨੇ ਕਿਹਾ ਮੈਂ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਤੁਹਾਨੂੰ ਅਧਿਕਾਰ ਦਿਨਾ ਆ ਉਹ ਤੁਹਾਡਾ ਕੁਛ ਵੀ ਵਿਗਾੜ ਤੇ ਕੁਛ ਵੀ ਵਿਗਾੜਨ ਦੇ ਵਿੱਚ ਤੁਹਾਡੇ ਕਾਰੋਬਾਰ ਨਹੀਂ ਆਉਂਦੇ ਵੀ ਉਹ ਤੁਹਾਡਾ ਕਾਰੋਬਾਰ ਵੀ ਨਹੀਂ ਵਿਗਾੜ ਸਕਦਾ ਉਹ ਤੁਹਾਡੇ ਬੱਚੇ ਵੀ ਨਹੀਂ ਵਿਗਾੜ ਸਕਦਾ ਉਹ ਤੁਹਾਡੀ ਸਿਹਤ ਵੀ ਨਹੀਂ ਵਿਗਾੜ ਸਕਦਾ ਉਹ ਤੁਹਾਡੇ ਰਿਸ਼ਤੇ ਵੀ ਨਹੀਂ ਵਿਗਾੜ ਸਕਦਾ ਉਹ ਤੁਹਾਡੀ ਅਕਲ ਵੀ ਨਹੀਂ ਵਿਗਾੜ ਸਕਦਾ ਤੁਹਾਡੇ ਕੋਲ ਅਧਿਕਾਰ ਆ ਇਸ ਵੇਲੇ ਵੈਰੀ ਗੁੱਡ ਨਹੀਂ ਤੁਹਾਡੇ ਕੋਲੇ ਅਧਿਕਾਰ ਆ